ਸਟੂਡੈਂਟਸ ਕੋਲ ਕਈ ਇੱਦਾਂ ਦੇ ਪ੍ਰੋਗਰਾਮ ਹੈਗੇ ਆ ਜੀ, ਜਿਵੇਂ ਸਟੂਡੈਂਟ ਰੈਦਰ ਦੈਨ ਜਿਹੜਾ ਹੈ ਜਿਨ੍ਹਾਂ ਨੇ ਖਾਸ ਕਰਕੇ ਜਿਨ੍ਹਾਂ ਨੇ ਜਿਨ੍ਹਾਂ ਕੋਲ ਕੈਨੇਡੀਅਨ ਐਕਸਪੀਰੀਅੰਸ ਹੈਗਾ, ਸੁਪਰਵਾਈਜ਼ਰ ਜਾਂ ਮੈਨੇਜਰ ਦਾ ਐਕਸਪੀਰੀਅੰਸ ਹੈਗਾ, ਉਹ ਕਈ ਤਰ੍ਹਾਂ ਦੇ ਇੱਦਾਂ ਦੇ ਪ੍ਰੋਗਰਾਮ ਹੈਗੇ ਆ ਜਿਹਦੇ ਵਿੱਚ ਉਹ ਕੋਈ ਵੀ ਬਿਜ਼ਨਸ ਲੈ ਕੇ ਉਹਦੇ ਵਿੱਚ ਜਿਹੜੀ ਜਾਂ ਪਾਰਟਨਰਸ਼ਿਪ ਕਰਕੇ ਉਹ ਆਪਦੀ ਇਮੀਗ੍ਰੇਸ਼ਨ ਵੀ ਲੈ ਸਕਦੇ ਆ, ਆਪਦਾ ਬਿਜ਼ਨਸ ਵੀ ਚਲਾ ਸਕਦੇ ਹੈਗੇ ਆ, ਅਤੇ ਇੱਥੇ ਜੋਬ ਪ੍ਰੋਵਾਈਡ ਵੀ ਕਰ ਸਕਦੇ। ਸਰਵਿਸ ਇੰਡਸਟਰੀ ਨਾਲ ਜਿਵੇਂ ਮਾਰਕੀਟਿੰਗ ਦੇ ਕਈ ਪ੍ਰੋਗਰਾਮ ਹੁੰਦੇ ਆ, ਤੁਸੀਂ ਈ ਕਮਰਸ ਦੀ ਮਾਰਕੀਟਿੰਗ ਕਰਦੇ ਹੋ, ਮਤਲਬ ਪਹਿਲਾਂ ਫਿਜ਼ੀਬਿਲਿਟੀ ਸਟੱਡੀ ਕੀਤੀ ਜਾਂਦੀ ਹੈ ਫਿਰ ਇਨਵੈਸਟਮੈਂਟ ਕਰਾਈ ਜਾਂਦੀ ਹੈ। ਇੱਦਾਂ ਨਹੀਂ ਹੁੰਦਾ ਕਿ ਪੈਸਾ ਪਹਿਲਾਂ ਇਨਵੈਸਟ ਹੋ ਜਾਂਦਾ ਅਤੇ ਤੁਸੀਂ ਬਾਅਦ ਦੇ ਵਿੱਚ ਦੇਖੋ ਕਿ ਮੇਰਾ ਪੈਸਾ ਜਿਹੜਾ ਲੱਗਾ ਉਹ ਮੈਨੂੰ ਕੋਈ ਰਿਟਰਨ ਦੇ ਵੀ ਰਿਹਾ। ਅੱਜ ਮੈਂ ਤੁਹਾਡੇ ਨਾਲ ਮੁਖਾਤਿਬ ਹਾਂ ਇੱਕ ਬਹੁਤ ਹੀ ਸਪੈਸ਼ਲ ਜਗ੍ਹਾ ਤੋਂ ਐਡਮਿੰਟਨ ਦੀ, ਜਿੱਥੇ ਹੁਣ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਐਡਮਿੰਟਨ ਡਾਊਨ ਟਾਊਨ ਨਜ਼ਰ ਆ ਰਿਹਾ, ਅਤੇ ਇਹ ਜਿੱਥੇ ਅਸੀਂ ਬੈਠੇ ਹਾਂ ਇਹ ਜਗ੍ਹਾ ਵੀ ਸੇਮ ਨਹੀਂ ਰਹਿਣੀ, ਇੰਟਰਵਿਊ ਕਰਦੇ ਕਰਦੇ ਇੱਥੇ ਰਿਵੋਲਵ ਹੁੰਦਾ ਰਹਿਣਾ, ਇਹ ਰਿਵੋਲਵਿੰਗ ਰੈਸਟੋਰੈਂਟ ਆ ਐਂਡ ਵੀ ਆਰ ਔਨ ਟੋਪ ਆਫ ਇਟ। ਅਤੇ ਜਿਸ ਤਰ੍ਹਾਂ ਕਿ ਅਕਸਰ ਹੀ ਤੁਹਾਡੇ ਨਾਲ ਇਮੀਗ੍ਰੇਸ਼ਨ ਨਾਲ ਸੰਬੰਧਿਤ ਮੁੱਦਿਆਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਅਤੇ ਅੱਜ ਗਰੇਵਾਲ ਸਾਹਿਬ ਨਾਲ ਗੱਲਬਾਤ ਹੋਈ ਅਤੇ ਕਹਿੰਦੇ ਅੱਜ ਡਾਊਨ ਟਾਊਨ ਚੱਲਦੇ ਹਾਂ ਅਤੇ ਉੱਥੇ ਜਾ ਕੇ ਨਾਲੇ ਤਾਂ ਸ਼ਹਿਰ ਦਿਖਾਉਂਦੇ ਹਾਂ ਦਰਸ਼ਕਾਂ ਨੂੰ ਅਤੇ ਨਾਲੇ ਆਪਾਂ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਗਰੇਵਾਲ ਸਾਹਿਬ ਤੁਹਾਡਾ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਰੇਵਾਲ ਸਾਹਿਬ, ਜਿਸ ਤਰ੍ਹਾਂ ਕਿ ਇਮੀਗ੍ਰੇਸ਼ਨ ਦਾ ਮੁੱਦਾ ਦੇ ਬਾਰੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ, ਬਿਲਕੁਲ ਜੀ, ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਸਾਹਮਣੇ ਆ ਰਿਹਾ, ਸਟੂਡੈਂਟਸ ਕੈਨੇਡਾ ਆਉਂਦੇ ਆ ਇੱਕ ਸੁਪਨਾ ਲੈ ਕੇ, ਬਿਲਕੁਲ, ਕਿ ਉਹਨਾਂ ਨੂੰ ਨੌਕਰੀ ਮਿਲੂਗੀ, ਉਸ ਤੋਂ ਬਾਅਦ ਉਹਨਾਂ ਦੀ PR ਹੋਊਗੀ। ਪਰ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਅੱਜ ਸਭ ਤੋਂ ਵੱਡੀ ਜਦੋਂ ਗੱਲ ਆਉਂਦੀ ਹੈ, ਨਾ ਤਾਂ ਨੌਕਰੀ ਹੈ ਅਤੇ ਨਾ ਹੀ PR ਹੈ, ਦੋਨੋਂ ਮਸਲੇ। ਸੋ ਦੋ ਮਸਲੇ ਬਹੁਤ ਵੱਡੇ ਆ, ਸਟੂਡੈਂਟ ਵੀ ਪਰੇਸ਼ਾਨ ਆ, ਉਹਨਾਂ ਦੇ ਘਰ ਦੇ ਵੀ ਪਰੇਸ਼ਾਨ ਆ, ਸਮਝ ਕੁਛ ਆ ਨਹੀਂ ਰਹੀ ਕਿ ਕੀ ਕੀਤਾ ਜਾਵੇ ਤਾਂ ਕਿ ਨੌਕਰੀ ਵੀ ਮਿਲ ਜਾਵੇ ਅਤੇ ਪਰਮਾਨੈਂਟ ਰੈਜ਼ੀਡੈਂਸੀ ਜਿਹੜੇ ਕਰਕੇ ਅਸੀਂ ਇਸ ਦੇਸ਼ 'ਚ ਆਵੇ ਉਹ ਵੀ ਹੋ ਜਾਵੇ। ਸੋ ਸਾਨੂੰ ਥੋੜ੍ਹਾ ਜਿਹਾ ਇਸ ਬੈਕਗਰਾਊਂਡ ਦੇ ਬਾਰੇ ਦੱਸੋ ਕਿ ਹਾਲਾਤ ਕੀ ਆ ਪਹਿਲਾਂ, ਤਾਂ ਨੌਕਰੀ ਕਿਉਂ ਨਹੀਂ ਆ, PR ਕਿਉਂ ਨਹੀਂ ਮਿਲ ਰਹੀ, ਅਤੇ ਕੀ ਆਪਾਂ ਕਰ ਸਕਦੇ ਹਾਂ ਜਿਹਦੇ ਨਾਲ ਨੌਕਰੀ ਵੀ ਮਿਲ ਜਾਵੇ ਅਤੇ PR ਵੀ ਹੋ ਜਾਵੇ। PR ਵੀ ਆ, ਬਿਲਕੁਲ ਜੀ, ਇਹ ਬਹੁਤ ਵੱਡਾ ਚੈਲੰਜ ਆ ਅੱਜ ਕੱਲ੍ਹ, ਜੋ ਕਿ ਜਿਨ੍ਹਾਂ ਦੇ ਹੁਣ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਸਟੂਡੈਂਟਸ ਆ ਉਹਨਾਂ ਵਾਸਤੇ ਕਾਫੀ ਵੱਡਾ ਚੈਲੰਜ ਆ ਕੈਨੇਡਾ ਦੇ ਵਿੱਚ ਇਸ ਵੇਲੇ ਜੋਬ ਲੈਣੀ ਅਤੇ ਜੋਬ ਦੇ ਬੇਸ 'ਤੇ, ਕਿਉਂਕਿ ਆਮ ਤੌਰ 'ਤੇ ਕੈਨੇਡਾ ਨੇ ਜਿਹੜਾ ਕੀਤਾ ਸੀ ਜੋਬ ਇੱਕ ਪਾਥਵੇ ਸੀ ਜਾਂ ਵਰਕ ਪਰਮਿਟ, ਉਹਦੇ ਬੇਸਿਸ 'ਤੇ ਤੁਸੀਂ PR ਜਿਹੜੀ ਆਪਦੀ ਲੈ ਸਕਦੇ ਸੀਗੇ। ਹੁਣ ਇਹਦੇ ਵਿੱਚ ਪਹਿਲਾਂ ਇੱਕ ਫੈਡਰਲ ਦੇ ਪ੍ਰੋਗਰਾਮ ਸੀ, ਫਿਰ ਕਈ ਪ੍ਰੋਵਿੰਸਿਸ ਦੇ ਪ੍ਰੋਗਰਾਮ ਸੀ, ਹੁਣ ਜਿਵੇਂ ਆਪਾਂ ਦੇਖਦੇ ਹਾਂ ਸਟੂਡੈਂਟਸ ਵਿਚਾਰਿਆਂ ਨੇ ਮਿਹਨਤ ਕੀਤੀ ਹੈਗੀ ਆ, ਜੋਬ ਲੱਭੀ ਹੈਗਾ, ਆਊਟ ਆਫ ਪ੍ਰੋਵਿੰਸ ਜਾ ਕੇ ਉਹਨਾਂ ਨੇ ਜੋਬ ਲੱਭੀ ਹੈਗੀ ਆ, ਪਰ PNP ਪ੍ਰੋਗਰਾਮ ਕਈ ਤਰ੍ਹਾਂ ਦੇ ਕਲੋਜ਼ ਹੋ ਚੁੱਕੇ ਆ, ਤਾਂ ਉਹਨਾਂ ਕੋਲ ਬਹੁਤ ਵੱਡਾ ਚੈਲੰਜ ਹੈਗਾ ਵੀ ਉਹਨਾਂ ਨੇ ਇੱਥੇ ਟਾਈਮ ਕੈਨੇਡਾ ਦੇ ਵਿੱਚ ਸਪੈਂਡ ਕੀਤਾ, ਆਪਦੀ ਪੜ੍ਹਾਈ 'ਤੇ ਖਰਚਾ ਵੀ ਕੀਤਾ, ਅਤੇ ਜਾ ਕੇ ਕਈ ਛੋਟੀਆਂ ਕਮਿਊਨਿਟੀਜ਼ ਜਾਂ ਆਊਟ ਆਫ ਪ੍ਰੋਵਿੰਸ ਜਾ ਕੇ ਉਹਨਾਂ ਨੇ ਜੋਬਸ ਲਈਆਂ ਨੇ, ਮਤਲਬ ਓਨਟੈਰੀਓ ਆਏ ਅਤੇ ਓਨਟੈਰੀਓ 'ਚ PR ਹੋ ਨਹੀਂ ਰਹੀ, ਉਸ ਤੋਂ ਬਾਅਦ ਉਹ ਕਿਤੇ ਮੈਨੀਟੋਬਾ ਮੂਵ ਕਰ ਗਏ, ਪ੍ਰਿੰਸ ਐਡਵਰਡ ਆਈਲੈਂਡ ਚਲੇ ਗਏ, ਬਿਲਕੁਲ ਬਿਲਕੁਲ, ਹਾਰਡਸ਼ਿਪ ਦੇਖੀ ਉਹਨਾਂ ਨੇ ਉੱਥੇ ਜਾ ਕੇ, ਹਾਰਡਸ਼ਿਪ ਦੇਖੀ, ਅਤੇ ਪਰ ਜਦੋਂ ਉਹਨਾਂ ਨੂੰ PR ਦਾ ਮੌਕਾ ਆਇਆ ਤਾਂ ਉਹਨਾਂ ਨੂੰ ਉਹਨਾਂ ਦੀਆਂ ਉਹ ਜਿਹੜੀ PNP ਸੀ ਉਹ ਕਲੋਜ਼ ਹੋ ਗਈ, ਐਲੋਕੇਸ਼ਨ ਕਲੋਜ਼ ਹੋ ਗਈ। ਇਹਦੇ ਬਾਰੇ ਮੈਂ ਇੱਕ ਦੱਸਣਾ ਚਾਹੁੰਦਾ ਹੈਗਾ ਵੀ ਸਟੂਡੈਂਟਸ ਕੋਲ ਹੁਣ ਜਿਹੜਾ ਹੈਗਾ ਉਹਨਾਂ ਦਾ ਸਟੇਟਸ ਉਹਨਾਂ ਨੂੰ ਮੇਨਟੇਨ ਰੱਖਣਾ ਇੱਕ ਬਹੁਤ ਵੱਡੇ ਚੈਲੰਜ ਹੋ ਗਿਆ ਹੈਗਾ। ਇਹਦੇ ਵਿੱਚ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਈ ਇੱਦਾਂ ਦੇ ਹੈਗੇ ਆ ਪ੍ਰੋਗਰਾਮ ਜਾਂ ਪਾਥਵੇ ਜਿਹਦੇ ਥਰੂ ਸਟੂਡੈਂਟਸ ਜਿਹੜੇ ਹੈਗੇ ਆ ਉਹ ਕੈਨੇਡਾ ਦੇ ਵਿੱਚ PR ਲੈ ਸਕਦੇ ਹੈਗੇ ਆ। ਆਮ ਤੌਰ 'ਤੇ ਮੈਂ ਸਟੂਡੈਂਟਸ ਨੂੰ ਅੱਗੇ ਵੀ ਕਹਿਣਾ ਹੁੰਦਾ ਜਾਂ ਜਿਹੜੇ ਵੀ ਵਿਜ਼ਟਰ ਜਾਂ ਜੋ ਕੋਈ ਵੀ LMIA ਲੈਣ ਦੇ ਹੱਕ ਦੇ ਵਿੱਚ
ਰੈਦਰ ਦੈਨ ਤੁਸੀਂ ਕੋਈ ਵੀ ਕੈਨੇਡਾ, ਕਿਉਂਕਿ ਕੈਨੇਡਾ ਦੇ ਵਿੱਚ ਹੁਣ ਅੱਜ ਕੱਲ੍ਹ ਇਹ ਚੱਲ ਰਿਹਾ ਵੀ ਕੈਨੇਡੀਅਨਸ ਨੂੰ ਇਹ ਲੱਗਦਾ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਜਾਂ ਜਿਹੜੇ ਵੀ ਇਮੀਗ੍ਰੈਂਟਸ ਹੈਗੇ ਉਹ ਇਹਨਾਂ ਦੀ ਜੋਬ ਲੈ ਰਹੇ ਹੈਗੇ ਆ। ਅਤੇ ਮੈਂ ਹੁਣ ਅੱਜ ਆਪਾਂ ਦੱਸਣਾ ਚਾਹੁੰਦੇ ਹਾਂ ਵੀ ਕਈ ਇੱਦਾਂ ਦੇ ਰਾਹ ਹੈਗੇ ਆ ਜਿਹਦੇ ਵਿੱਚ ਰੈਦਰ ਦੈਨ ਤੁਸੀਂ ਕੋਈ ਜੋਬ ਲੈਣ ਦੀ ਥਾਂ 'ਤੇ ਤੁਸੀਂ ਜੋਬ ਪ੍ਰੋਵਾਈਡ ਕਰਨ ਵਾਲੇ ਬਣੋ, ਨੌਕਰੀ ਲੈਣ ਦੀ ਜਗ੍ਹਾ ਦੇ ਉੱਤੇ ਨੌਕਰੀ ਦੇਣ ਵਾਲੇ ਬਣੋ, ਨੌਕਰੀ ਦੇਣ ਵਾਲੇ ਬਣੋ। ਬਿਲਕੁਲ ਜੀ, ਇਹੀ ਅੱਜ ਆਪਣਾ ਮੇਨ ਸੀਗਾ ਪ੍ਰੋਗਰਾਮ। ਇਹਦੇ ਵਿੱਚ ਸਟੂਡੈਂਟਸ ਕੋਲ ਕਈ ਇੱਦਾਂ ਦੇ ਪ੍ਰੋਗਰਾਮ ਹੈਗੇ ਆ ਜੀ, ਜਿਵੇਂ ਸਟੂਡੈਂਟ ਰੈਦਰ ਦੈਨ ਜਿਹੜਾ ਹੈ ਜਿਨ੍ਹਾਂ ਨੇ ਖਾਸ ਕਰਕੇ ਜਿਨ੍ਹਾਂ ਨੇ ਜਿਨ੍ਹਾਂ ਕੋਲ ਕੈਨੇਡੀਅਨ ਐਕਸਪੀਰੀਅੰਸ ਹੈਗਾ, ਸੁਪਰਵਾਈਜ਼ਰ ਜਾਂ ਮੈਨੇਜਰ ਦਾ ਐਕਸਪੀਰੀਅੰਸ ਹੈਗਾ, ਉਹ ਕਈ ਤਰ੍ਹਾਂ ਦੇ ਇੱਦਾਂ ਦੇ ਪ੍ਰੋਗਰਾਮ ਹੈਗੇ ਆ ਜਿਹਦੇ ਵਿੱਚ ਉਹ ਕੋਈ ਵੀ ਬਿਜ਼ਨਸ ਲੈ ਕੇ ਉਹਦੇ ਵਿੱਚ ਜਿਹੜੀ ਜਾਂ ਪਾਰਟਨਰਸ਼ਿਪ ਕਰਕੇ ਉਹ ਆਪਦੀ ਇਮੀਗ੍ਰੇਸ਼ਨ ਵੀ ਲੈ ਸਕਦੇ ਆ, ਆਪਦਾ ਬਿਜ਼ਨਸ ਵੀ ਚਲਾ ਸਕਦੇ ਹੈਗੇ ਆ, ਅਤੇ ਇੱਥੇ ਜੋਬ ਪ੍ਰੋਵਾਈਡ ਵੀ ਕਰ ਸਕਦੇ। ਮਤਲਬ ਸਿੱਧੇ ਸ਼ਬਦਾਂ 'ਚ ਕਿਹਾ ਜਾਵੇ ਕਿ ਜਦੋਂ ਆਪਾਂ ਪੜ੍ਹਦੇ ਹਾਂ ਇੱਥੇ ਆ ਕੇ, ਪੜ੍ਹਨ ਤੋਂ ਬਾਅਦ ਜੋਬ ਲੈਣ ਦੀ ਜਗ੍ਹਾ ਦੇ ਉੱਤੇ ਡਾਇਰੈਕਟਲੀ ਬਿਜ਼ਨਸ ਲਿਆ ਜਾਵੇ, ਛੋਟੀ ਜਿਹੀ ਇਨਵੈਸਟਮੈਂਟ ਹੈਗੀ ਹੈ। ਹਾਂਜੀ, ਅਤੇ ਇਨਵੈਸਟਮੈਂਟ ਦੇ ਨਾਲ ਤੁਸੀਂ ਆਪਣੀ ਨੌਕਰੀ ਤੇ ਪੈਦਾ ਕੀਤੀ, ਨਾਲ ਦੇ ਨਾਲ ਤੁਸੀਂ ਬਾਕੀਆਂ ਨੂੰ ਰੁਜ਼ਗਾਰ ਵੀ ਦਿੱਤਾ, ਰੁਜ਼ਗਾਰ ਵੀ ਦਿੱਤਾ। ਗਰੇਵਾਲ ਸਾਹਿਬ, ਇੱਥੇ ਸਭ ਤੋਂ ਪਹਿਲਾ ਕੁਸ਼ਚਨ ਇਹ ਆਉਂਦਾ ਕਿ ਕਿਸੇ ਵੀ ਸਟੂਡੈਂਟ ਨਾਲ ਗੱਲ ਕਰੀਏ ਅਤੇ ਉਹਨੂੰ ਇਹ ਲੱਗਦਾ ਹੋਊਗਾ ਕਿ ਮੈਂ ਬਿਜ਼ਨਸ ਕਿਸ ਤਰ੍ਹਾਂ ਸ਼ੁਰੂ ਕਰ ਸਕਦਾ, ਜਾਂ ਮੇਰੇ ਕੋਲ ਇੰਨੀ ਇਨਵੈਸਟਮੈਂਟ ਕਿਸ ਤਰ੍ਹਾਂ ਹੋ ਸਕਦੀ ਹੈ ਕਿ ਮੈਂ ਆਪਣੀ ਨੌਕਰੀ ਵੀ ਪੈਦਾ ਕਰਾਂ ਅਤੇ ਨਾਲ ਕਿਸੇ ਹੋਰ ਨੂੰ ਵੀ ਨੌਕਰੀ ਦੇ ਸਕਾਂ। ਬਿਲਕੁਲ ਜੀ, ਬਿਲਕੁਲ ਇਹੀ ਗੱਲ ਜਿਹੜੀ ਹੈਗੀ ਆ, ਅੱਜ ਆਪਾਂ ਉਹਦੇ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦੇ ਹਾਂ। ਖਾਸ ਕਰਕੇ ਜਿਵੇਂ ਮੈਂ ਵਿਦ ਐਗਜ਼ਾਮਪਲ ਗੱਲ ਕਰਦਾ, ਕੋਈ ਵੀ ਸਟੂਡੈਂਟ ਆ ਉਹਨੇ ਆ ਕੇ ਜਦੋਂ ਉਹਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਜਿਹੜਾ ਕਿ 3 ਸਾਲ ਦਾ ਮਿਲਦਾ ਹੁੰਦਾ, ਉਹਦੇ 'ਤੇ ਉਹਨੇ 1 ਸਾਲ ਕੰਮ ਕੀਤਾ, ਕਿਤੇ ਵੀ ਸੁਪਰਵਾਈਜ਼ਰ ਜਾਂ ਮੈਨੇਜਰ ਦਾ ਕੰਮ ਕੀਤਾ, ਉਹਦੇ ਕੋਲ ਕੈਨੇਡੀਅਨ ਐਕਸਪੀਰੀਅੰਸ ਹੋ ਗਿਆ। ਕੈਨੇਡੀਅਨ ਐਕਸਪੀਰੀਅੰਸ ਜੇ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਿੱਚ ਹੈ, ਜਿਹੜੀਆਂ ਤੁਸੀਂ ਕਿਸੇ ਵੀ ਜੋਬ 'ਤੇ ਰਿਸਪੋਂਸੀਬਿਲਟੀਜ਼ ਪਰਫੋਰਮ ਕੀਤੀਆਂ ਉਹ ਕਾਫੀ ਇੰਪੋਰਟੈਂਟ ਹੈਗੀਆਂ। ਜੇ ਤੁਹਾਡੇ ਕੋਈ ਵੀ ਬਿਜ਼ਨਸ ਜਿਵੇਂ ਸੁਪਰਵਾਈਜ਼ਰ ਹੋ ਗਏ ਜਾਂ ਮੈਨੇਜਰ ਹੋ ਗਏ ਜਿਨ੍ਹਾਂ ਨੂੰ ਬਿਜ਼ਨਸ ਦਾ ਕੈਨੇਡੀਅਨ ਐਕਸਪੀਰੀਅੰਸ ਹੋ ਗਿਆ, ਮਤਲਬ ਡਿਊਰਿੰਗ ਜਦੋਂ ਤੁਸੀਂ ਪੜ੍ਹ ਰਹੇ ਹੋ ਉਦੋਂ ਤੁਸੀਂ ਨਾਲ ਜੋਬ ਵੀ ਕਰ ਰਹੇ ਹੋ, ਜਿਹੜੇ ਆਵਰਸ ਤੁਹਾਨੂੰ ਮਿਲਦੇ ਆ, ਘੰਟੇ ਆ, ਪਿੱਛੇ ਜੇ 40 ਘੰਟੇ ਵੀ ਸਰਕਾਰ ਨੇ ਦਿੱਤੇ ਆ, ਉਸ ਦੌਰਾਨ ਅਗਰ ਤੁਹਾਡੇ ਕੋਲ ਸੁਪਰਵਾਈਜ਼ਰੀ ਜਾਂ ਮੈਨੇਜਰੀਅਲ ਐਕਸਪੀਰੀਅੰਸ ਹੈਗਾ, ਹਾਂਜੀ, ਉਹਦੇ ਬੇਸ ਦੇ ਉੱਪਰ ਤੁਸੀਂ ਉਹ ਵੀ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਜਿਵੇਂ 3 ਸਾਲ ਦਾ ਵਰਕ ਪਰਮਿਟ ਆ, 1 ਸਾਲ ਦਾ ਜਿਵੇਂ ਹੁਣ ਐਕਸਪਾਇਰ ਹੋ ਰਿਹਾ, ਬਹੁਤ ਇੱਦਾਂ ਦੇ ਸਟੂਡੈਂਟ ਆ ਜਿਨ੍ਹਾਂ ਕੋਲ 1 ਤੋਂ 2 ਸਾਲ ਦਾ ਐਕਸਪੀਰੀਅੰਸ ਹੈਗਾ, ਅਤੇ ਉਹ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਸਾਰਾ ਕਰ ਸਕਦੇ ਆ। ਇਹਦੇ ਵਿੱਚ ਕਿਉਂਕਿ ਮੇਨ ਸਟੂਡੈਂਟਸ ਨੂੰ ਜਾਂ ਕਿਸੇ ਨੂੰ ਵੀ ਆਪਾਂ ਦੱਸੋ, ਇਹ ਲੱਗਦਾ ਹੈਗਾ ਵੀ ਇਹਦੇ ਵਿੱਚ ਇਨਵੈਸਟਮੈਂਟ ਬਹੁਤ ਵੱਡੀ ਹੋਣੀ ਆ, ਅਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਕਈ ਇੱਦਾਂ ਦੇ ਬਿਜ਼ਨਸਿਸ ਹੈਗੇ ਆ ਜਿਹਦੇ ਵਿੱਚ, ਅਤੇ ਕਈ ਪ੍ਰੋਵਿੰਸਿਸ ਪ੍ਰੋਗਰਾਮ ਇੰਟਰਪ੍ਰੈਨਿਓਰਸ ਵਾਸਤੇ ਇੱਦਾਂ ਰਹਿ ਗਿਆ ਸਟੂਡੈਂਟਸ ਵਾਸਤੇ ਕਿ ਉਹਨਾਂ ਨੇ ਜੇ 30% ਜਾਂ 34% ਵੀ ਇਨਵੈਸਟਮੈਂਟ ਕਰਨੀ ਹੈ ਕਿਸੇ ਬਿਜ਼ਨਸ ਦੇ ਵਿੱਚ, ਉਹਦੇ ਬੇਸਿਸ 'ਤੇ ਵੀ ਉਹ ਜਿਹੜੀ ਆ PR ਲੈ ਸਕਦੇ ਹੈਗੇ। ਮਤਲਬ ਮੋਟੀ ਮੋਟੀ ਗੱਲ ਕਰੀਏ, ਜੇ $1,00,000 ਦੀ ਇਨਵੈਸਟਮੈਂਟ ਕਿਸੇ ਬਿਜ਼ਨਸ ਦੇ ਵਿੱਚ ਹੈਗੀ ਆ, ਅਤੇ ਸਿਰਫ $30,000-$33,000 ਤੁਸੀਂ ਅਗਰ ਪਾਉਂਦੇ ਹੋ, ਬਿਲਕੁਲ, ਤਾਂ ਤੁਸੀਂ PR ਲੈ ਸਕਦੇ ਹੋ, ਬਿਜ਼ਨਸ ਸ਼ੁਰੂ ਕਰ ਸਕਦੇ, ਬਿਜ਼ਨਸ ਸ਼ੁਰੂ ਕਰਦੇ। ਅਤੇ ਇਸ ਤੋਂ ਬਿਨਾਂ ਕਈ ਹੋਰ ਪ੍ਰੋਗਰਾਮ ਹੈਗੇ ਆ ਜੀ ਜਿਹਦੇ 'ਚ ਇਨਵੈਸਟਮੈਂਟ ਇਸ ਤੋਂ ਘੱਟ ਵੀ ਹੈਗੀ ਆ, $20,000-$25,000 ਜਿਹੜਾ ਹੈਗਾ ਉਹਦੇ ਬੇਸਿਸ 'ਤੇ ਵੀ ਤੁਸੀਂ ਕਰ ਸਕਦੇ ਹੈਗੇ ਹੋ। ਹੁਣ ਜਿਵੇਂ ਮੈਂ ਦੱਸਦਾ ਹੈਗਾ ਬਈ, ਜਿਵੇਂ ਆਪਾਂ ਐਗਜ਼ਾਮਪਲਸ ਲਈਏ ਹੈਗੇ ਆ, ਜਿਵੇਂ ਕੰਪਿਊਟਰ ਨਾਲ ਰਿਲੇਟਡ ਹੈਗੇ ਆ, ਜੇ ਤੁਸੀਂ ਜਿਵੇਂ ਆਪਣੇ ਕਾਫੀ ਮੁੰਡੇ ਕੰਮ ਕਰਦੇ ਹੈਗੇ ਆ ਜੀ ਟੈਲੀਫੋਨ ਰਿਪੇਅਰ ਦਾ, ਜਿਵੇਂ ਸੈਲੂਲਰ ਫੋਨ ਰਿਪੇਅਰ ਕਰਨ ਦਾ, ਮੋਬਾਈਲ ਫੋਨ ਰਿਪੇਅਰ ਕਰਨ ਦਾ ਕਰਦੇ ਹੈਗੇ ਆ ਜੀ, ਉਹਨਾਂ ਦੀ ਮਾਰਕੀਟਿੰਗ ਦਾ ਉਹਨਾਂ ਕੋਲ ਐਕਸਪੀਰੀਅੰਸ ਆ, ਜੇ ਉਹ ਰਿਪੇਅਰ ਕਰਨ ਦਾ ਤੁਸੀਂ ਕਿਤੇ ਵੀ ਆਪਣੀ ਸ਼ੋਪ ਲੈ ਕੇ ਖੋਲ ਸਕਦੇ, ਕਿਉਂਕਿ ਉਹਦੇ ਜ਼ਿਆਦਾ ਤੁਹਾਨੂੰ ਜ਼ਿਆਦਾ ਇਨਵੈਂਟੋਰੀ ਨਹੀਂ ਚਾਹੀਦੀ। ਇੱਦਾਂ ਹੀ ਜੇ ਤੁਸੀਂ ਕੰਪਿਊਟਰ ਰਿਪੇਅਰ ਦਾ ਕਰ ਸਕਦੇ ਹੋ, ਉਸ ਤੋਂ ਬਿਨਾਂ ਜਿਹੜੇ ਹੈਗੀਆਂ ਹੁਣ ਕਈ ਪ੍ਰੋਵਿੰਸ ਜਾਂ ਕਮਿਊਨਿਟੀਜ਼ ਨੇ ਕੱਢੀਆਂ ਹੈਗੀਆਂ ਜੀ, ਡਿਮਾਂਡਸ ਕੱਢੀਆਂ, ਜਿਵੇਂ ਅਸੀਂ ਬਿਜ਼ਨਸ ਇਨਵੈਸਟਮੈਂਟ ਕਰਾਉਣੇ ਰਹਿੰਦੇ ਹਾਂ ਤਾਂ ਜਿਹੜੇ ਇਕਨੋਮਿਕਲ ਡਿਵੈਲਪਮੈਂਟ ਆਫਿਸਰਸ ਨੇ ਉਹਨਾਂ ਸਾਡੇ ਕੋਲ ਉਹਨਾਂ ਦੀ ਲਿਸਟ ਹੁੰਦੀ ਆ ਵੀ ਉਹਨਾਂ ਨੂੰ ਕਿਹੜੇ ਕਿਹੜੀ ਚੀਜ਼ ਦੀ ਡਿਮਾਂਡ ਹੈਗੀ ਆ। ਹੁਣ ਕਾਫੀ ਡਿਮਾਂਡ ਹੈਗੀ ਆ ਇਹਦੇ ਵਿੱਚ ਜੇ ਜਿਹੜੀਆਂ ਟੋਇੰਗ ਕੰਪਨੀਜ਼ ਨੇ, ਠੀਕ ਆ ਨਾ, ਜੇ ਜੇ ਕਿਸੇ ਕੋਲ ਟੋਇੰਗ
ਟ੍ਰੇਨਿੰਗ ਦਾ ਐਕਸਪੀਰੀਅੰਸ ਹੈਗਾ ਜਾਂ ਨਾ ਵੀ ਨਹੀਂ ਵੀ ਹੈਗਾ ਜੇ ਉਹਦੇ ਕੋਲ ਕਲਾਸ 1 ਹੈਗਾ ਉਹ ਇਸ ਤਰ੍ਹਾਂ ਦੀ ਇਨਵੈਸਟਮੈਂਟ ਕਰ ਸਕਦਾ ਹੈਗਾ ਜੀ। ਉਸ ਤੋਂ ਬਿਨਾਂ ਜਿਹੜੇ ਹੈਗੇ ਆ ਕੰਸਟਰਕਸ਼ਨ ਨਾਲ ਰਿਲੇਟਡ, ਠੀਕ ਆ ਜੀ, ਜੇ ਕਿਸੇ ਨੇ ਉਹ ਐਕਸਪੀਰੀਅੰਸ ਕੀਤਾ ਉਹਨਾਂ ਨਾਲ ਤੁਸੀਂ ਆਪਣੀ ਕੰਪਨੀ ਖੋਲ੍ਹ ਕੇ ਆਪਦਾ ਕਰ ਸਕਦੇ ਹੋ, ਬਿਜ਼ਨਸ ਕਰ ਸਕਦੇ ਹੋ। ਕੰਸਟਰਕਸ਼ਨ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ, ਤੁਸੀਂ ਆਪਣੀ ਕੰਪਨੀ ਸ਼ੁਰੂ ਕਰ ਆਪਣੀ ਕੰਪਨੀ, ਉਹਦੇ ਲਈ ਬਹੁਤ ਹੀ ਵੱਡੀ ਇਨਵੈਸਟਮੈਂਟ ਇਨਵੈਸਟਮੈਂਟ ਨਹੀਂ। ਹੁਣ ਬਥੇਰੇ ਬੰਦੇ ਹੈਗੇ ਆ ਜੀ ਜਿਨ੍ਹਾਂ ਕੋਲ ਡਰਾਈ ਵਾਲ ਵਗੈਰਾ ਦਾ ਹੋਰ ਫਲੋਰਿੰਗ ਦਾ ਐਕਸਪੀਰੀਅੰਸ ਹੈਗਾ, ਉਹਦੇ ਵਾਸਤੇ ਤੁਹਾਡੇ ਕੋਲ ਅੱਗੇ ਆਪਸ਼ਨਸ ਹੋ ਜਾਂਦੀਆਂ ਹੈਗੀਆਂ, ਉਹ ਤੁਸੀਂ ਕਰ ਸਕਦੇ ਹੈਗੇ ਹੋ। ਅਤੇ ਇਸ ਤੋਂ ਬਿਨਾਂ ਤੁਸੀਂ ਇਹਦੇ ਵਿੱਚ ਕਿਸੇ ਨਾਲ ਪਾਰਟਨਰਸ਼ਿਪ ਵੀ ਕਰ ਸਕਦੇ ਹੋ। ਅਤੇ ਜਿਹੜੀ ਪ੍ਰੋਗਰਾਮ ਹੈਗੇ ਆ ਇਹ ਪਰਟੀਕੁਲਰਲੀ ਸਾਡੀ ਕੰਪਨੀ ਨੇ ਸਟੂਡੈਂਟਸ ਵਾਸਤੇ ਚਲਾਇਆ, ਉਹਦੇ ਵਿੱਚ ਇਹ ਹੈਗਾ ਜੀ ਵੀ ਇਹਦੇ ਵਿੱਚ ਇੱਕ ਤਾਂ ਤੁਹਾਡੀ ਕੋਈ ਅਮਾਊਂਟ ਦਾ ਨਹੀਂ ਹੈਗਾ ਤੁਹਾਨੂੰ ਵੀ ਇਹ ਕੋਈ, ਕਿਉਂਕਿ ਆਮ ਜਿਹੜੇ ਇੰਟਰਪ੍ਰੈਨਿਓਰ ਪ੍ਰੋਗਰਾਮ ਸੀ ਉਹਨਾਂ 'ਚ ਸਰਟਨ ਤੁਹਾਡੀ ਨੈਟਵਰਕ ਚਾਹੀਦੀ ਸੀ, ਅਮਾਊਂਟ ਚਾਹੀਦੀ ਸੀਗੀ। ਪਰ ਅਸੀਂ ਜਿਹੜੇ ਪਰਟੀਕੁਲਰ ਇਹ ਜਿਹੜੇ ਡਰਾਫਟ ਕੀਤੇ ਹੈਗੇ ਆ ਜਾਂ ਕਸਟਮਾਈਜ਼ ਕੀਤੇ ਆ ਪ੍ਰੋਗਰਾਮ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਪ੍ਰੋਗਰਾਮ, ਇਹਦੇ ਵਿੱਚ ਆ ਵੀ ਇਹ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਕਰਦੇ ਹੈਗੇ ਆ। ਅਸੀਂ ਫੋਕਸ ਕੀਤਾ ਵੀ ਤੁਹਾਡਾ ਕੈਨੇਡੀਅਨ ਐਕਸਪੀਰੀਅੰਸ ਕੀ ਹੈਗਾ, ਉਹਦੇ ਬੇਸਿਸ 'ਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਤੁਸੀਂ ਕਿਹੜਾ ਕਰੋ। ਹੁਣ ਜਿਵੇਂ ਹੈਗਾ ਕਈਆਂ ਨੇ ਜੇ ਕੋਈ ਵੇਸਟਰ ਆਇਆ ਹੋਇਆ ਹੈਗਾ, ਵੇਸਟਰ ਕੋਲ ਕਈਆਂ ਦਾ ਹੁੰਦਾ ਉੱਥੇ ਲੇਡੀਜ਼ ਕੋਲ ਐਕਸਪੀਰੀਅੰਸ ਦਾ ਬਟੀਕ ਵਗੈਰਾ ਦਾ, ਹਾਂਜੀ ਕਲੋਦਿੰਗ ਦਾ ਹੈਗਾ, ਉਹ ਜੇ ਇਹਦੇ ਵਿੱਚ ਹੈਗੇ ਆ ਤੁਸੀਂ ਆਪਦਾ ਕਲੋਦਿੰਗ ਸਟੋਰ ਕਰ ਸਕਦੇ ਹੋ, ਅਲਟਰਨੇਸ਼ਨ ਵਗੈਰਾ ਜਿਹੜਾ ਹੈਗੇ ਆ ਉੱਦਾਂ ਦਾ ਕਰ ਸਕਦੇ ਹੋ ਕੱਪੜਿਆਂ ਦੀ, ਉਹਦੀ ਕਾਫੀ ਡਿਮਾਂਡ ਹੈਗੀ ਆ। ਮਤਲਬ ਕੁੜੀਆਂ ਦੇ ਲਈ ਇਹ ਬਹੁਤ ਇੰਪੋਰਟੈਂਟ ਚੀਜ਼ ਆ ਜਿਹੜੇ ਦਰਸ਼ਕ ਦੇਖ ਰਹੇ ਆ। ਆਮ ਤੌਰ 'ਤੇ ਹੀ ਜਦੋਂ ਭਾਰਤ ਤੋਂ ਆਉਂਦੇ ਹਾਂ, ਪੰਜਾਬ ਤੋਂ ਆਉਂਦੇ ਹਾਂ, ਅਤੇ ਜਿਹੜੀਆਂ ਕੁੜੀਆਂ ਆ ਉਹਨਾਂ ਦੇ ਕੋਲ ਸਟਿਚਿੰਗ ਦਾ ਐਕਸਪੀਰੀਅੰਸ ਹੁੰਦਾ, ਉਹਨਾਂ ਕੋਲ ਆਲਟਰੇਸ਼ਨ ਦਾ ਐਕਸਪੀਰੀਅੰਸ ਤਾਂ ਹੁੰਦਾ ਹੀ ਹੈ, ਸਟਿਚਿੰਗ ਦਾ ਹੋ ਗਿਆ ਹੈਗਾ ਜੀ। ਉਹਨਾਂ ਵਾਸਤੇ ਇੱਦਾਂ ਦੀ ਬਹੁਤ ਆਪਸ਼ਨ ਹੋ ਸਕਦੀ ਹੈਗੀ ਆ ਜੀ। ਹੁਣ ਜਿਵੇਂ ਹੈਗਾ ਜੇ ਕਿਸੇ ਕੋਲ ਐਕਸਪੀਰੀਅੰਸ ਹੈਗਾ ਵੈਬਸਾਈਟਸ ਵਗੈਰਾ ਡਿਵੈਲਪਮੈਂਟ ਦਾ, ਉਹਦਾ ਕਾਫੀ ਹੈ ਈ ਕਮਰਸ ਵਗੈਰਾ ਦਾ, ਉਹ ਜਦੋਂ ਤੁਸੀਂ ਇੱਥੇ ਰਿਲੇਟਡ ਉਹਨਾਂ ਪ੍ਰੋਗਰਾਮ ਕੀਤੇ ਹੈਗੇ ਆ ਉਹਦਾ ਤੁਸੀਂ ਆਪਦੀ ਕੰਪਨੀ ਖੋਲ੍ਹ ਸਕਦੇ ਹੈਗੇ ਹੋ। ਜੇ ਤੁਹਾਡੇ ਕੋਲ ਜਿਵੇਂ ਕਈਆਂ ਨੂੰ ਹੁੰਦਾ ਕੁਕਿੰਗ ਦਾ ਸ਼ੌਂਕ ਹੈਗਾ, ਕੁਕਿੰਗ, ਉਹ ਤੁਸੀਂ ਆਪਦਾ ਰੈਸਟੋਰੈਂਟ ਖੋਲ੍ਹ ਸਕਦੇ ਹੋ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਜੇ ਕਿਸੇ ਕੋਲ ਹੈਗਾ, ਜੇ ਕਿਸੇ ਨੂੰ ਇੰਟਰਸਟ ਹੈਗਾ ਤਾਂ ਜਿਵੇਂ ਕਾਫੀ ਸ਼ੋਪਸ, ਸਨੈਕ ਬਾਰਸ, ਉਹ ਕਾਫੀ ਚੱਲਦੇ ਆ, ਉਹਦੇ 'ਚ ਜ਼ਿਆਦਾ ਇਨਵੈਸਟਮੈਂਟ ਨਹੀਂ, 60-70,000 ਦੇ ਵਿੱਚ ਖੁੱਲ ਜਾਂਦਾ ਹੈਗਾ। ਉਹ ਜੇ ਤੁਸੀਂ ਕੋਈ ਤੁਹਾਡੀ ਫੈਮਿਲੀ ਆ ਜਾਂ ਤੁਹਾਡੇ ਬ੍ਰਦਰ ਸਿਸਟਰ ਆ ਉਹਨਾਂ ਵੀ ਤੁਸੀਂ ਪਾਰਟਨਰਸ਼ਿਪ ਕਰ ਸਕਦੇ ਹੋ। ਇੱਕ ਜਿਹੜੇ ਇਹਨਾਂ ਪ੍ਰੋਗਰਾਮ ਦੇ ਵਿੱਚ ਫਾਇਦਾ ਇਹ ਹੈਗਾ ਵੀ ਇਹਦੇ ਵਿੱਚ ਕੋਈ ਜ਼ੋਨਿੰਗ ਨਹੀਂ ਹੈਗੀ, ਜਿਹੜੇ ਤੁਸੀਂ ਕਿਸੇ ਵੱਡੇ ਸ਼ਹਿਰ 'ਚ ਵੀ ਕਰ ਸਕਦੇ ਹੋ ਅਤੇ ਤੁਸੀਂ ਕਿਸੇ ਦੂਸਰੀ ਜਿਹੜੀ ਛੋਟੀ ਪਾਪੂਲੇਸ਼ਨ ਆ ਉੱਥੇ ਵੀ ਕਰ ਸਕਦੇ ਹੋ। ਅਤੇ ਨੋਰਮਲੀ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਇਨਵੈਸਟਮੈਂਟ ਕਰਨੀ ਹੁੰਦੀ ਹੈ ਉਦੋਂ ਇੱਕ ਤਾਂ ਇੱਕ ਪ੍ਰੋਮਿਸ ਤੋਂ ਦੂਜੇ ਪ੍ਰੋਮਿਸ ਜਾਣਾ ਪੈਂਦਾ PR ਲੈਣ ਦੇ ਲਈ, ਅਤੇ ਜਾਂ ਵੱਡੇ ਸ਼ਹਿਰ ਤੋਂ ਛੋਟੇ ਸ਼ਹਿਰ 'ਚ ਜਾਣਾ ਪੈਂਦਾ। ਅਤੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਵੱਡੇ ਸ਼ਹਿਰ ਤੋਂ ਜਿਹੜੇ ਛੋਟੇ ਸ਼ਹਿਰ ਆ ਉਹ ਕਈ ਵਾਰੀ 4-4-5-5 ਘੰਟੇ ਤੋਂ ਵੀ ਜ਼ਿਆਦਾ ਦੂਰੀ 'ਤੇ ਹੁੰਦੇ ਆ, ਅਤੇ ਉਦੋਂ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਕਿ ਨਹੀਂ ਉਹਨਾਂ ਦੇ ਕੋਲ ਉਹ ਸਸਟੇਨ ਕਰ ਪਾਉਂਦੇ। ਹਾਂਜੀ ਹਾਂਜੀ ਬਿਲਕੁਲ ਜੀ, ਇਹ ਹੈਗਾ ਕਾਫੀ ਵੱਡਾ ਇਹ ਚੈਲੰਜ ਰਹਿੰਦਾ ਹੈਗਾ। ਪਰ ਇਹਦੇ ਵਿੱਚ ਇਹੀ ਹੈਗਾ ਜੀ, ਇਹਨਾਂ ਪ੍ਰੋਗਰਾਮਸ ਦੇ ਵਿੱਚ ਤੁਸੀਂ ਜਿਹੜੀ ਇਹ ਗੱਲ ਆ ਤੁਸੀਂ ਆਪਣੀ ਜੋਬ ਜਨਰੇਟ ਕਰਨੀ ਆ, ਅਤੇ ਤੁਸੀਂ ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਜੇ ਤੁਹਾਡਾ ਬਿਜ਼ਨਸ ਠੀਕ ਚੱਲ ਪੈਂਦਾ, ਵਧੀਆ ਚੱਲਦਾ, ਤੁਸੀਂ ਜੋਬ ਹੋਰ ਪ੍ਰੋਵਾਈਡ ਵੀ ਕਰ ਸਕਦੇ ਹੋ, ਠੀਕ ਆ ਜੀ। ਅਤੇ ਤੁਸੀਂ ਇਹਦੇ ਵਿੱਚ ਜਿਹੜਾ ਹੈਗਾ ਆਪਦੀ ਆਪਦੀ ਕੰਪਨੀ ਦੇ ਵਿੱਚੋਂ ਹੀ ਤੁਹਾਨੂੰ ਇੰਪਲੋਇਮੈਂਟ ਮਿਲਣੀ ਆ, ਜਿਹਦੇ ਬੇਸਿਸ 'ਤੇ ਤੁਸੀਂ ਉਹਦੇ ਐਕਸਪੀਰੀਅੰਸ ਲੈ ਕੇ PR ਲੈਣੀ ਹੈ। ਕਿਉਂਕਿ ਕੈਨੇਡੀਅਨ ਗੌਰਮੈਂਟ ਇਹਨਾਂ ਇਹੋ ਜਿਹੇ ਪ੍ਰੋਗਰਾਮਸ ਨੂੰ ਕਾਫੀ ਇਨਕਰੇਜ ਕਰ ਰਹੀ ਹੈਗੀ ਹੈਗੀ, ਕਿਉਂਕਿ ਇੱਕ ਤਾਂ ਤੁਸੀਂ ਇੱਕ ਤਾਂ ਕੈਨੇਡਾ ਦੇ ਵਿੱਚ ਤੁਹਾਡਾ ਕੈਨੇਡੀਅਨ ਐਕਸਪੀਰੀਅੰਸ ਕਾਊਂਟ ਹੁੰਦਾ ਹੈਗਾ, ਤੁਸੀਂ ਇਨਵੈਸਟਮੈਂਟ ਕਰਦੇ ਹੋ, ਜੋਬ ਜਨਰੇਟ ਕਰ ਰਹੇ ਹੋ, ਇਹ ਕਾਫੀ ਇੰਪੋਰਟੈਂਟ ਫੈਕਟਰ ਹੈਗੇ ਆ ਜੀ। ਮਤਲਬ ਬੇਸਿਕਲੀ ਸਰਕਾਰ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਆ ਕਿ ਆਰਥਿਕਤਾ ਨੂੰ
ਸੁਹਲਾਰਾ ਦਿੱਤਾ ਜਾਵੇ, ਇਕਨੋਮਿਕ ਡਿਵੈਲਪਮੈਂਟ ਕੀਤੀ ਜਾਵੇ, ਨੌਕਰੀਆਂ ਲੈਣ ਦੀ ਜਗ੍ਹਾ ਤੇ ਨੌਕਰੀਆਂ ਦੇਣ ਵਾਲੇ ਬੰਦੇ ਹਮੇਸ਼ਾ ਸਰਕਾਰ ਨੂੰ ਚੰਗੇ ਲੱਗਦੇ ਆ, ਚਾਹੀਦੇ ਆ ਤੇ ਚੰਗੇ ਲੱਗਦੇ ਆ। ਤੇ ਦੂਸਰੀ ਗੱਲ ਇਹ ਆ ਵੀ ਜੇ ਤੁਹਾਡੇ ਪੇਰੈਂਟਸ ਦਾ ਬਿਜ਼ਨਸ ਹੈਗਾ, ਜੇ ਤੁਹਾਡੇ ਪੇਰੈਂਟਸ ਉਹ ਕਈਆਂ ਦੇ ਵਿਜ਼ਿਟਰ ਤੇ ਆਏ ਹੁੰਦੇ ਆ ਕਿ ਅਸੀਂ ਇਨਵੈਸਟਮੈਂਟ ਕਰਾਈਏ, ਉਹ ਜਦੋਂ ਇੱਥੇ ਆ ਜਾਂਦੇ ਆ, ਜੇ ਤੁਹਾਡੇ ਪੇਰੈਂਟਸ ਕੋਈ ਬਿਜ਼ਨਸ ਕਰ ਸਕਦੇ ਹੋ, ਤੁਸੀਂ ਐਜ਼ ਏ ਮੈਨੇਜਰ ਉਹਦੇ ਉਹਨੂੰ ਮੈਨੇਜ ਕਰਦੇ ਹੋ, ਤਾਂ ਵੀ ਤੁਸੀਂ ਇਹਨਾਂ ਪ੍ਰੋਗਰਾਮਸ ਵਾਸਤੇ ਕੁਆਲੀਫਾਈ ਹੁੰਦੇ ਹੈਗੇ ਹੋ। ਤੇ ਤੁਹਾਡੇ ਪੇਰੈਂਟਸ ਦਾ ਜਿਹੜਾ ਐਕਸਪੀਰੀਅੰਸ ਹੈਗਾ ਆਊਟ ਆਫ ਕੈਨੇਡਾ, ਉਹ ਇਹਦੇ 'ਚ ਕੰਸਿਡਰ ਹੁੰਦਾ ਹੈਗਾ? ਜੇ ਤੁਸੀਂ ਗ੍ਰੈਜੂਏਟ ਹੈਗੇ ਹੋ ਤਾਂ ਆਲਰੇਡੀ ਤੁਹਾਡੇ ਕੋਲ ਐਕਸਪੀਰੀਅੰਸ ਆ, ਉਹ ਸਾਰੇ ਫੈਕਟਰ ਵੀ ਇਹਦੇ ਵਿੱਚ ਹੁੰਦੇ ਹੈਗੇ। ਇਹਦੇ 'ਚ ਤੁਹਾਨੂੰ ਕੋਈ ਹੋਰ ਕਿਸੇ ਹੋਰ ਇੰਪਲਾਇਰ ਕੋਲ ਜਾ ਕੇ LMIA ਲੈਣ ਦੀ ਜ਼ਰੂਰਤ ਨਹੀਂ ਹੈਗੀ, ਤੁਹਾਡਾ ਬਿਜ਼ਨਸ ਹੀ ਤੁਹਾਨੂੰ ਸਸਟੇਨ ਕਰੂ ਅਤੇ ਉਹੀ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਦਵਾਊਗਾ। ਮਤਲਬ LMIA ਦੇ ਪਿੱਛੇ ਭੰਜਣ ਦੀ ਲੋੜ ਨਹੀਂ ਹੈ, ਤੁਸੀਂ LMIA ਦੇਣ ਵਾਲੇ ਬਣੋ, LMIA ਲੈਣ ਵਾਲੇ ਨਾ। ਹਾਂ ਬਿਲਕੁਲ ਜੀ, ਬਿਲਕੁਲ ਤੁਸੀਂ, ਹਾਂ ਜੀ ਉਹ ਹੈਗਾ। ਗਰੇਵ ਸਾਹਿਬ, ਇੱਥੇ ਜਿਹੜਾ ਪੁਆਇੰਟ ਆਉਂਦਾ ਹੈ, ਕਿਹੜੇ 5 ਬਿਜ਼ਨਸਿਸ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਤੁਸੀਂ ਕਹੋਗੇ ਕਿ ਛੋਟੀ ਇਨਵੈਸਟਮੈਂਟ ਹੈ ਅਤੇ ਈਜ਼ੀਲੀ ਸ਼ੁਰੂ ਕਰਕੇ ਆਰਾਮ ਦੇ ਨਾਲ PR ਦੀ ਐਪਲੀਕੇਸ਼ਨ ਹੋ ਸਕਦੀ ਹੈ? ਹਾਂਜੀ ਬਿਲਕੁਲ ਜੀ, ਜਿਵੇਂ ਦੱਸਿਆ ਅੱਜ ਕੱਲ੍ਹ ਕਾਫੀ ਡਿਮਾਂਡ ਹੈਗੀ ਆ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਮੋਬਾਈਲ ਫੋਨ ਵਾਲਾ ਹੈਗਾ ਜੀ, ਉਹਦੇ ਵਿੱਚੋਂ ਇੱਕ ਦੂਸਰਾ ਜਿਹੜਾ ਆ ਜਾਂਦੇ ਹੈਗੇ ਆ, ਅਤੇ ਕੰਪਿਊਟਰ ਨਾਲ ਰਿਲੇਟਡ ਪ੍ਰੋਗਰਾਮ ਹੋ ਜਾਂਦੇ ਆ, ਜਿਹੜੇ ਹੈਗੇ ਆ ਸਰਵਿਸ ਇੰਡਸਟਰੀ ਨਾਲ, ਜਿਵੇਂ ਮਾਰਕੀਟਿੰਗ ਦੇ ਕਈ ਪ੍ਰੋਗਰਾਮ ਹੁੰਦੇ ਆ, ਤੁਸੀਂ ਈ-ਕਮਰਸ ਦੀ ਮਾਰਕੀਟਿੰਗ ਕਰਦੇ ਆ ਉਹ ਹੋ ਜਾਂਦੇ ਆ, ਲੇਡੀਜ਼ ਵਾਸਤੇ ਮੈਂ ਦੱਸਿਆ ਹੈਗਾ ਵੀ ਕਲੋਥਿੰਗ ਦਾ, ਬੁਟੀਕ ਸਟਿਚਿੰਗ ਵਗੈਰਾ ਦਾ ਹੋ ਜਾਂਦਾ। ਇਸ ਤੋਂ ਬਿਨਾਂ ਜੇ ਤੁਹਾਡੇ ਕੋਲ ਗਿਫਟ ਸ਼ੋਪ ਅਤੇ ਕਨਵੀਨੀਅੰਸ ਸਟੋਰ, ਕਨਵੀਨੀਅੰਸ ਸਟੋਰ ਅਤੇ ਗਿਫਟ ਸ਼ੋਪਸ, ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਕਮਿਊਨਿਟੀਜ਼ ਜਿੱਥੇ ਪਾਪੂਲੇਸ਼ਨ ਘੱਟ ਹੈਗੀ ਆ ਉੱਥੇ ਜਾ ਰਹੇ ਹੋ ਜਾਂਦਾ। ਜਿਵੇਂ ਕਈ ਹੁਣ ਜਿਵੇਂ ਟਾਊਨ ਹੈਗੇ ਆ ਜਿੱਥੇ ਹੁਣ ਇੰਡੀਅਨ ਪਾਪੂਲੇਸ਼ਨ ਗਰੋ ਹੋ ਰਹੀ ਆ, ਉੱਥੇ ਗਰੋਸਰੀ ਸਟੋਰ ਵੀ ਕਾਫੀ ਚੱਲਦੇ ਹੈਗੇ ਆ ਜੀ। ਅਤੇ ਇਹ ਕਿਉਂਕਿ ਇਹਨਾਂ ਦੇ ਵਿੱਚ ਕੋਈ ਡਿਮਾਂਡ ਨਹੀਂ ਹੁੰਦੀ ਹੈਗੀ ਵੀ ਤੁਸੀਂ ਚਾਹੇ 40,000 ਤੋਂ ਸਟਾਰਟ ਕਰ ਲਓ ਅਤੇ ਚਾਹੇ 4,00,000 ਲਾ ਲਓ, ਉਹਦੇ ਵਿੱਚ ਚੱਲਦਾ ਰਹਿੰਦਾ। ਪਰ ਛੋਟੇ ਟਾਊਨ ਦੇ ਵਿੱਚ ਲੀਜ਼ ਘੱਟ ਹੁੰਦੀ ਆ, ਉਹਦੇ ਵਾਸਤੇ ਇਨਵੈਸਟਮੈਂਟ ਦੇ ਜਾ ਰਹੇ ਹੁੰਦੇ ਆ। ਇਹਦੇ ਬਾਰੇ ਜੇ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਆ, ਸਾਡੇ ਨਾਲ ਆਪਦੀ ਪ੍ਰੋਫਾਈਲ ਸ਼ੇਅਰ ਕਰੋ, ਅਸੀਂ ਤੁਹਾਨੂੰ ਦੱਸਾਂਗੇ ਅਤੇ ਕਿੱਥੇ ਤੁਹਾਡਾ ਬਿਜ਼ਨਸ ਹੋਣਾ ਚਾਹੀਦਾ ਹੈਗਾ। ਆਮ ਤੌਰ 'ਤੇ ਇਹਦੇ ਵਿੱਚ ਇਹ ਕਾਫੀ ਚੈਲੇਂਜ ਹੁੰਦਾ ਕਿ ਸਾਡਾ ਬਿਜ਼ਨਸ ਚੱਲੂਗਾ, ਅਤੇ ਇਹਦੇ ਵਾਸਤੇ ਜਿਹੜਾ ਹੈਗਾ ਹਰ ਸਿਟੀ ਦੇ ਵਿੱਚ ਇਕਨੋਮਿਕਲ ਡਿਵੈਲਪਮੈਂਟ ਆਫਿਸਰ ਜਿਹੜੇ ਹੈਗੇ ਆ, ਉਹਨਾਂ ਨੇ ਪੂਰੇ ਇੱਕ ਸਟੈਟਸ ਰੱਖੇ ਹੁੰਦੇ ਆ ਵੀ ਆਹ ਸਾਡੀ ਡਿਮਾਂਡ, ਆਹ ਐਲੋਕੇਸ਼ਨ ਚਾਹੀਦੀ ਆ, ਉਹਦੇ ਅਕੋਰਡਿੰਗ ਹੀ ਆਪਾਂ ਦੱਸ ਸਕਦੇ ਹਾਂ। ਪਹਿਲਾਂ ਫਿਜ਼ੀਬਿਲਿਟੀ ਸਟੱਡੀ ਕੀਤੀ ਜਾਂਦੀ ਹੈ, ਫਿਰ ਇਨਵੈਸਟਮੈਂਟ ਕਰਾਈ ਜਾਂਦੀ ਹੈ। ਇੱਦਾਂ ਨਹੀਂ ਹੁੰਦਾ ਕਿ ਪੈਸਾ ਪਹਿਲਾਂ ਇਨਵੈਸਟ ਹੋ ਜਾਂਦਾ ਅਤੇ ਤੁਸੀਂ ਬਾਅਦ ਦੇ ਵਿੱਚ ਦੇਖੋ ਕਿ ਮੇਰਾ ਪੈਸਾ ਜਿਹੜਾ ਲੱਗਾ ਉਹ ਮੈਨੂੰ ਕੋਈ ਰਿਟਰਨ ਦੇ ਵੀ ਰਿਹਾ ਕਿ ਨਹੀਂ ਦੇ ਰਿਹਾ। ਨਹੀਂ ਦੇ ਰਿਹਾ, ਇਹਦੇ ਵਿੱਚ ਬਿਲਕੁਲ ਹੈ ਜੀ। ਪਹਿਲਾਂ ਤੁਸੀਂ ਜਿਹੜਾ ਹੈਗਾ ਇਨਵੈਸਟਮੈਂਟ ਤੁਹਾਡੀ ਬਾਅਦ 'ਚ ਹੋਣੀ ਹੈ, ਪਹਿਲਾਂ ਤੁਹਾਨੂੰ ਸਟੇਟਸ ਮਿਲਣਾ। ਇਹਦੇ 'ਚ ਸਭ ਤੋਂ ਇੰਪੋਰਟੈਂਟ ਹੈਗਾ ਬਿਜ਼ਨਸ ਪਲਾਨ। ਇਹਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਕਿਉਂਕਿ ਜਿਵੇਂ ਅਸੀਂ ਆਲਰੇਡੀ ਕਰਵਾ ਚੁੱਕੇ ਹਾਂ, ਸਾਨੂੰ ਉਹਦਾ ਐਕਸਪੀਰੀਅੰਸ ਹੈਗਾ। ਇਹ ਤੁਸੀਂ ਸਾਡੇ ਨਾਲ ਬੈਠ ਕੇ ਸਾਰਾ ਆਪਦੀ ਪ੍ਰੋਫਾਈਲ ਸ਼ੇਅਰ ਕਰੋ, ਅਸੀਂ ਤੁਹਾਨੂੰ ਸਾਰਾ ਕੁਝ ਪਹਿਲਾਂ ਦੱਸਾਂਗੇ, ਉਹਦੇ ਅਕੋਰਡਿੰਗ ਹੀ ਆਪਾਂ ਇਹਨਾਂ ਪ੍ਰੋਗਰਾਮ ਵਾਸਤੇ ਪ੍ਰੋਸੀਡ ਕਰ ਸਕਦੇ ਹਾਂ। ਬਹੁਤ ਵਧੀਆ। ਇੱਥੇ ਮੇਰੇ ਦਿਮਾਗ 'ਚ ਇੱਕ ਹੋਰ ਚੀਜ਼ ਆ ਰਹੀ ਹੈ, ਬੜੇ ਸਾਰੇ ਜਿਹੜੇ ਪੇਰੈਂਟਸ ਦੇ ਬਾਰੇ ਤੁਸੀਂ ਗੱਲ ਕੀਤੀ ਹੈ, ਉਹਨਾਂ ਦਾ ਉੱਥੇ ਕੰਮ ਚੱਲਦਾ ਪਿਆ ਹੁੰਦਾ, ਹੁਣ ਆਪਸ਼ਨ ਹੁੰਦੀ ਆ ਕਿ ਉਹ ਇੱਥੇ ਆਪਣੀ ਫਰੈਂਚਾਈਜ਼ ਖੋਲ ਸਕਦੇ ਆ ਉਸੇ ਬਿਜ਼ਨਸ ਦੀ, ਜਾਂ ਉਸੇ ਤਰ੍ਹਾਂ ਉਸੇ ਬ੍ਰਾਂਡ ਨੂੰ ਆ ਕੇ ਇੱਥੇ ਪ੍ਰਮੋਟ ਕਰ ਸਕਦੇ ਆ। ਜੇ ਤੁਹਾਡੇ ਬਿਲਕੁਲ ਤੁਹਾਡੇ ਫੈਮਿਲੀ ਦਾ ਜਾਂ ਕਿਸੇ ਹੋਰ ਦਾ ਵੀ ਬਿਜ਼ਨਸ ਹੈਗਾ, ਤੁਸੀਂ ਉਹਨੂੰ ਇੱਥੇ ਮੈਨੇਜ ਕਰਨਾ ਚਾਹੁੰਦੇ ਹੋ, ਤਾਂ ਉਹਦੇ ਬੇਸਿਸ 'ਤੇ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ। ਇਹਦੇ ਵਿੱਚ ਬਹੁਤ ਵਧੀਆ ਹੈਗਾ ਜੀ, ਕਿਉਂਕਿ ਤੁਸੀਂ ਇਨਵੈਸਟਮੈਂਟ ਦੇ ਨਾਲ ਤੁਹਾਡੀ PR ਵੀ ਹੋ ਜਾਂਦੀ ਹੈਗੀ ਆ, ਅਤੇ ਤੁਹਾਡੇ ਕੋਲ ਜਿਹੜਾ ਹੈਗਾ ਤੁਹਾਡਾ ਪੇਰੈਂਟਸ ਵਾਲਾ ਜਿਹੜੀ ਹੈਗੀ ਆ, ਉਹਨਾਂ ਦੀ ਵੀ ਤੁਸੀਂ ਇੱਥੇ ਫਰੈਂਚਾਈਜ਼ ਖੋਲ ਸਕਦੇ ਹੈਗੇ। ਮਤਲਬ ਕਿ ਪਹਿਲੀ ਗੱਲ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਨੌਕਰੀ ਨਹੀਂ ਮਿਲਦੀ ਵੀ, ਉਹਦਾ ਵੀ ਹੱਲ ਨਿਕਲ ਆਉਂਦਾ, ਅਤੇ ਜੇ ਆਪਾਂ ਗੱਲ ਕਰਦੇ ਹਾਂ ਜੀ PR ਨਹੀਂ ਹੁੰਦੀ ਵੀ, ਸਾਨੂੰ ਅਲੱਗ ਅਲੱਗ ਜਗ੍ਹਾ 'ਤੇ ਜਾਣਾ ਪੈਂਦਾ, ਇੱਕ ਪ੍ਰੋਵਿੰਸ ਤੋਂ ਦੂਜੀ ਪ੍ਰੋਵਿੰਸ ਮੂਵ ਕਰਨਾ ਪੈਂਦਾ ਜਾਂ ਵੱਡੇ ਸ਼ਹਿਰ ਤੋਂ ਛੋਟੇ ਸ਼ਹਿਰ 'ਚ ਜਾਣਾ ਪੈਂਦਾ, ਇੱਦਾਂ ਦਾ ਵੀ ਕੋਈ ਮਸਲਾ ਇਹਦੇ 'ਚ ਨਹੀਂ ਹੈਗਾ। ਤੁਸੀਂ ਪੂਰੇ ਕੈਨੇਡਾ ਦੇ ਵਿੱਚ ਕਿਤੇ ਵੀ ਕੰਮ ਸ਼ੁਰੂ ਕਰ ਸਕਦੇ ਹੋ, ਕਰ ਸਕਦੇ ਹੋ ਛੋਟਾ ਕੰਮ, ਮਤਲਬ ਜਿਹਦੇ 'ਚ ਘੱਟ ਇਨਵੈਸਟਮੈਂਟ, 40,000 ਦੀ ਇਨਵੈਸਟਮੈਂਟ ਨਾਲ ਵੀ ਤੁਸੀਂ ਆਪਣਾ ਈਜ਼ੀਲੀ
ਕੰਮ ਇਸਟੈਬਲਿਸ਼ ਕਰਕੇ ਅਤੇ ਬਾਅਦ 'ਚ ਪੀ ਆਰ ਦੀ ਐਪਲੀਕੇਸ਼ਨ। ਬਿਲਕੁਲ ਜੀ, ਇਹਦੇ ਵਿੱਚ ਕੈਨੇਡਾ ਨੂੰ, ਕਿਉਂਕਿ ਕੈਨੇਡਾ ਇਹਨਾਂ ਪ੍ਰੋਗਰਾਮ ਵਾਸਤੇ ਦੇਖਦਾ ਵੀ ਇਕਨੋਮਿਕਲੀ ਕੈਨੇਡਾ ਨੂੰ ਕੀ ਬੈਨੀਫਿਟ ਹੋ ਰਿਹਾ, ਉਹ ਸਾਰਾ ਅਸੀਂ ਬਿਜ਼ਨਸ ਪਲਾਨ ਦੇ ਵਿੱਚ ਇਨਫੋਰਮੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਅਤੇ ਜਸਟੀਫਾਈ ਕਰਦੇ ਹਾਂ ਵੀ ਕੀ ਰੀਜ਼ਨਸ ਹੈਗੇ ਆ ਇਹ ਇਨਵੈਸਟਮੈਂਟ ਦੇ। ਇਹ ਬਹੁਤ ਵਧੀਆ ਪ੍ਰੋਗਰਾਮ ਜੀ, ਇਹਨੂੰ ਅਸੀਂ ਕਹਿੰਦੇ ਹਾਂ ਵੀ ਕੈਨੇਡਾ ਦੇ ਵਿੱਚ ਜੋਬ ਦਿਓ ਪੀ ਆਰ ਲਓ। ਜੀ ਬਿਲਕੁਲ, ਇਹ ਅਕਸਰ ਹੀ ਮਤਲਬ ਗੱਲ ਪਹਿਲਾਂ ਇਹ ਆਉਂਦੀ ਸੀ ਕਿ ਜੋਬ ਲੈਣ ਦੀ ਗੱਲ ਕੀਤੀ ਜਾਂਦੀ ਸੀ, ਅੱਜ ਗੱਲ ਜੋਬ ਦੇਣ ਦੀ ਹੋ ਰਹੀ ਹੈ ਕਿ ਨੌਕਰੀ ਦਿੱਤੀ ਕਿਸ ਤਰ੍ਹਾਂ ਜਾ ਸਕਦੀ ਹੈ। ਅਤੇ ਮੈਨੂੰ ਲੱਗਦਾ ਇਸ ਤੋਂ ਵੱਡਾ ਪ੍ਰੋਮਿਸਿੰਗ ਕੰਮ ਕੋਈ ਨਹੀਂ ਹੋ ਸਕਦਾ। ਸਟੂਡੈਂਟਸ ਬਹੁਤ ਸਾਰੇ ਇੱਥੇ ਪੜ੍ਹ ਰਹੇ ਆ ਕਿ ਰਲ ਮਿਲ ਕੇ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਆ, ਜਿਹਦੇ 'ਚ ਉਹਨਾਂ ਦੀ ਪੀ ਆਰ ਵੀ ਨਾਲ ਸਪੋਰਟ ਹੋ ਸਕਦੀ ਹੈ, ਕਿਸੇ ਨੂੰ ਬਾਹਰ ਜਾਣ ਦੀ ਬਗੈਰ ਆਪਣਾ ਬਿਜ਼ਨਸ ਖੁਦ ਦਾ ਸ਼ੁਰੂ ਕਰਕੇ ਬੜੇ ਆਰਾਮ ਦੇ ਨਾਲ ਪੀ ਆਰ ਲਈ ਜਾ ਸਕਦੀ, ਨਾਲੇ ਸਕਿੱਲਸ ਥੋੜ੍ਹੀਆਂ ਡਿਵੈਲਪ ਹੁੰਦੀਆਂ ਜੀ। ਕੈਨੇਡਾ ਦੇ ਵਿੱਚ ਬਿਜ਼ਨਸ ਜਿਹੜਾ ਸਟਾਰਟ ਕਰਨਾ ਜਾਂ ਕੋਈ ਵੀ ਬਿਜ਼ਨਸ ਲੈ ਕੇ ਚਲਾਉਣਾ ਕਾਫੀ ਈਜ਼ੀ ਹੈਗਾ, ਠੀਕ ਹੈ ਨਾ, ਕਿਉਂਕਿ ਆਮ ਤੌਰ 'ਤੇ ਜਦੋਂ ਵੀ ਅਸੀਂ ਬਿਜ਼ਨਸ ਇਨਵੈਸਟਮੈਂਟ ਦੇ ਕੀਤਾ ਉਹਨਾਂ ਨੂੰ ਕਾਫੀ ਸੌਖਾ ਲੱਗਿਆ ਹੈਗਾ ਜੀ ਉਹਦੇ ਵਿੱਚ ਹੈਗਾ। ਬਾਕੀ ਸਾਡੀ ਟੀਮ ਹੈਗੀ ਆ, ਉਹ ਤੁਹਾਨੂੰ ਹਰ ਤਰ੍ਹਾਂ ਦੀ ਸਪੋਰਟ ਕਰੂੰਗੀ, ਕਿੱਦਾਂ ਦਾ ਬਿਜ਼ਨਸ ਲੈਣਾ ਕੀ ਕਰਨਾ ਤੁਸੀਂ ਉਹ ਤੁਹਾਨੂੰ ਪੂਰੀ ਗਾਈਡੈਂਸ ਮਿਲੂ। ਜਾਂ ਅਕਸਰ ਇਹ ਕਿਹਾ ਜਾਂਦਾ ਕਿ ਪਹਿਲਾਂ ਆ ਕੇ ਨੌਕਰੀ ਕੀਤੀ ਜਾਂਦੀ ਹੈ, ਪਰ ਕੈਨੇਡਾ ਉਹਨਾਂ ਦੇ ਲਈ ਹੈ ਜਿਹੜਾ ਇੱਥੇ ਆ ਕੇ ਬਿਜ਼ਨਸ ਕਰ ਸਕਦਾ, ਅਤੇ ਬਿਜ਼ਨਸ ਵਰਗੀ ਕੋਈ ਰੀਸ ਇੱਥੇ ਨਹੀਂ ਹੈਗੀ, ਅਤੇ ਜਿਹੜੀ ਤੁਹਾਡੀ ਗਰੋਥ ਆ, ਤੁਹਾਡੀ ਜਿਹੜੀ ਤਰੱਕੀ ਆ, ਉਹ ਬਿਜ਼ਨਸ ਦੇ ਨਾਲ ਹੀ ਪੋਸੀਬਲ ਆ। ਅੱਜ ਕਰੋ, ਤੁਸੀਂ ਸਾਲ ਬਾਅਦ ਕਰੋ, 2 ਸਾਲ ਬਾਅਦ ਕਰੋ, ਜੇ ਅੱਜ ਤੁਹਾਨੂੰ ਮੌਕਾ ਮਿਲਦਾ ਫਿਰ ਤੁਹਾਨੂੰ ਪੀ ਆਰ ਮਿਲਦੀ ਹੈ, ਅਤੇ ਮੈਨੂੰ ਲੱਗਦਾ ਇਸ ਤੋਂ ਵਧੀਆ ਮੌਕਾ ਕੋਈ ਹੋਰ ਹੋ ਨਹੀਂ ਸਕਦਾ। ਹੋਈ ਨਹੀਂ, ਬਿਲਕੁਲ ਜੀ, ਇਹਦੇ ਵਿੱਚ ਅਸੀਂ ਜੇ ਕਿਸੇ ਨੇ ਬਿਜ਼ਨਸ ਮੈਨੇਜਮੈਂਟ ਦਾ ਪ੍ਰੋਗਰਾਮ ਕੀਤਾ ਹੈਗਾ, ਉਹਦਾ ਕੈਨੇਡੀਅਨ ਐਕਸਪੀਰੀਅੰਸ ਆ, ਉਹੀ ਚੀਜ਼ ਅਸੀਂ ਕੈਨੇਡੀਅਨ ਗਵਰਨਮੈਂਟ ਕੋਲ ਜਸਟੀਫਾਈ ਕਰਦੇ ਹਾਂ ਵੀ ਇਹਦੇ ਕੋਲ ਐਕਸਪੀਰੀਅੰਸ ਵੀ ਹੈਗਾ, ਇਹਨੇ ਇੱਥੇ ਦੀ ਐਜੂਕੇਸ਼ਨ ਲਈ ਆ, ਹੁਣ ਇਹ ਇਨਵੈਸਟਮੈਂਟ ਕਰਕੇ ਬਿਜ਼ਨਸ ਕਰਦਾ ਜਿਹਦਾ ਕਿ ਕੈਨੇਡੀਅਨ ਗਵਰਨਮੈਂਟ ਜਿਹੜਾ ਕਿ ਉਹਨਾਂ ਨੂੰ ਕਾਫੀ ਫਾਇਦਾ ਹੁੰਦਾ ਹੈਗਾ। ਬਹੁਤ ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਗਰੇਵਾਲ ਸਾਹਿਬ। ਹਾਂ, ਹਰ ਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਕਿਸੇ ਵੀ ਟੋਪਿਕ 'ਤੇ ਡਿਸਕਸ ਕਰੀਦਾ, ਅਤੇ ਮੈਨੂੰ ਲੱਗਦਾ ਦਰਸ਼ਕਾਂ ਨੂੰ ਬਹੁਤ ਵੱਡਾ ਫਾਇਦਾ ਹਮੇਸ਼ਾ ਹੁੰਦਾ, ਕਿਉਂਕਿ ਫੋਨ ਕਾਲਸ ਹੀ ਇਸ ਚੀਜ਼ ਦੇ ਬਾਰੇ ਦੱਸ ਦਿੰਦੀਆਂ, ਸਾਨੂੰ ਵੀ ਕਾਲ ਆਉਂਦੀਆਂ ਤੁਹਾਡੇ ਤੱਕ ਵੀ ਕਾਲ ਪਹੁੰਚਦੀਆਂ, ਅਤੇ ਲੋਕ ਮੈਸੇਜ ਵੀ ਬਹੁਤ ਕਰਦੇ ਆ। ਸੋ ਮੈਂ ਆਸ ਕਰਦਾ ਕਿ ਇਹ ਵੀ ਇਨਫੋਰਮੇਸ਼ਨ ਜਿਹੜੀ ਤੁਸੀਂ ਦਿੱਤੀ ਆ, ਇਹਦਾ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਹੋਊਗਾ। ਜਿਸ ਤਰ੍ਹਾਂ ਕਿ ਪੇਰੈਂਟਸ ਇੰਡੀਆ ਬੈਠੇ ਹੋਏ ਆ ਜਾਂ ਸਟੂਡੈਂਟਸ ਕੈਨੇਡਾ ਦੇ ਵਿੱਚ ਆ, ਜੋਬਸ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ, ਕਈ ਲੋਕਾਂ ਨੇ ਵਰਕ ਪਰਮਿਟ ਵੀ ਲਏ ਆ, ਉਸ ਤੋਂ ਬਾਅਦ ਉਹਦੇ 'ਤੇ ਵੀ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ, ਅਤੇ ਮੈਨੂੰ ਲੱਗਦਾ ਕਿ ਇਹ ਪ੍ਰੋਗਰਾਮ ਉਹਨਾਂ ਲਈ ਬਹੁਤ ਵੱਡਾ ਫਾਇਦਾ ਦੇ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਜੀ, ਉਹਨਾਂ ਵਾਸਤੇ ਜਿਹੜੇ ਵਿਜ਼ਟਰ ਆਉਂਦੇ ਆ, ਵਿਜ਼ਟਰ ਆ ਕੇ ਇੱਥੇ LMI ਨੂੰ ਦੇਖਦੇ ਆ, ਉਹਨਾਂ ਕੋਲ ਜੇ ਐਕਸਪੀਰੀਅੰਸ ਹੈਗਾ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਆਪਸ਼ਨ ਹੋ ਸਕਦੀ ਹੈਗੀ ਆ ਜੀ, ਅਤੇ ਇਹ ਕਾਫੀ ਵਧੀਆ ਪ੍ਰੋਗਰਾਮ ਹੈਗਾ। ਇਹਦੇ ਬਾਰੇ ਤੁਸੀਂ ਸਾਨੂੰ ਕੰਟੈਕਟ ਕਰੋ, ਸਾਡੇ ਕੈਨੇਡਾ ਦੇ ਵਿੱਚ 5 ਆਫਿਸਿਸ ਹੈਗੇ ਆ, ਅਤੇ ਇਸ ਤੋਂ ਬਿਨਾਂ ਸਾਡਾ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਵੀ ਆਫਿਸ ਹੈਗਾ, ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ, ਅਤੇ ਫਾਰਗੋ ਕੰਸਲਟੈਂਸੀ ਆਫ ਇਮੀਗ੍ਰੇਸ਼ਨ ਤੁਸੀਂ ਜਿਹੜੀ ਹੈਗੀ ਆ ਵੈਬਸਾਈਟ 'ਤੇ ਦੇਖ ਸਕਦੇ ਹੋ, ਜਾਂ ਗੂਗਲ 'ਤੇ ਸਰਚ ਕਰਕੇ ਸਾਨੂੰ ਕੰਟੈਕਟ ਕਰ ਸਕਦੇ ਹੋ। ਜੀ, ਬਹੁਤ ਬਹੁਤ ਤੁਹਾਨੂੰ ਵਧਾਈ ਵੀ ਨਾਲੇ, ਤੁਸੀਂ ਰੀਸੈਂਟਲੀ ਦਿੱਲੀ 'ਚ ਵੀ ਆਫਿਸ ਸਟਾਰਟ ਕਰ ਦਿੱਤਾ ਪੰਜਾਬ ਤੋਂ ਬਾਅਦ, ਅਤੇ ਮੈਂ ਆਸ ਕਰਦਾ ਕਿ ਦਰਸ਼ਕ ਇਸ ਇਨਫੋਰਮੇਸ਼ਨ ਦਾ ਬਹੁਤ ਫਾਇਦਾ ਲੈਣਗੇ, ਅਤੇ ਕੋਈ ਵੀ ਇਨਫੋਰਮੇਸ਼ਨ, ਕੋਈ ਸਵਾਲ ਤੁਹਾਡੇ ਮਨਾਂ 'ਚ ਹੋ ਤਾਂ ਤੁਸੀਂ ਫਾਰਗੋ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਪੁੱਛ ਸਕਦੇ ਹੋ, ਸਾਡੇ ਤੱਕ ਸਵਾਲ ਵੀ ਲੈ ਕੇ ਆ ਸਕਦੇ ਹੋ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਹ ਇਨਫੋਰਮੇਸ਼ਨ ਲੈ ਕੇ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ। ਅਤੇ ਅੱਜ ਦਾ ਪ੍ਰੋਗਰਾਮ ਗਰੇਵਾਲ ਸਾਹਿਬ ਪਰ ਇੱਥੇ ਹੀ ਸਮਾਪਤ ਕਰਨ ਦੀ ਲੈਂਦੇ ਹਾਂ ਆ ਗਿਆ, ਅਤੇ ਫਿਰ ਦੁਬਾਰਾ ਮਿਲਦੇ ਹਾਂ ਕਿਸੇ ਨਵੇਂ ਮੁੱਦੇ ਦੇ ਨਾਲ। ਬਿਲਕੁਲ ਜੀ, ਬਿਲਕੁਲ ਜੀ, ਥੈਂਕ ਯੂ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਥੈਂਕਸ ਲੋਟ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਹਰਕਿਰਨ ਗਰੇਵਾਲ ਫਾਰਗੋ ਇਮੀਗ੍ਰੇਸ਼ਨ ਤੋਂ, ਜਿਨ੍ਹਾਂ ਨਾਲ ਅਸੀਂ ਅਕਸਰ ਹੀ ਗੱਲਬਾਤ ਕਰਦੇ ਰਹੇ, ਅਤੇ ਅੱਜ ਮੈਨੂੰ ਲੱਗਦਾ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ, ਜਿਹੜਾ ਕਿ ਕਰੰਟ ਬਹੁਤ ਵੱਡਾ ਮੁੱਦਾ ਸਟੂਡੈਂਟਸ ਦੇ ਲਈ ਬਣਿਆ ਹੋਇਆ, ਕੈਨੇਡਾ ਦੇ ਵਿੱਚ ਨੌਕਰੀ ਨਹੀਂ ਮਿਲਦੀ, ਪੀ ਆਰ ਨਹੀਂ ਮਿਲਦੀ, ਉਹਦੇ ਸਵਾਲਾਂ ਦੇ ਜੋ ਜਵਾਬ ਹੈ ਹਰਕਿਰਨ ਜੀ ਨੇ ਦਿੱਤੇ ਆ, ਉਹ ਤੁਹਾਡੇ ਲਈ ਫਾਇਦੇਮੰਦ ਹੋਣਗੇ। ਮੈਨੂੰ ਉਮੀਦ ਗੁਜ਼ਾਰਾਂ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ, ਫਿਰ ਦੁਬਾਰਾ ਮਿਲਦੇ ਹਾਂ, ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।